ਪ੍ਰਤੀਭਾਗੀਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਰੈਂਪ ਤੇ ਆਪਣੀਆਂ ਅਦਾਵਾਂ ਦੇ ਜਲਵੇ ਵਿਖੇਰੇ। ਇਸ ਮੌਕੇ ਜੱਜ ਦੇ ਵਜੋਂ ਪੂਨਮ ਸੂਦ, ਪੰਜਾਬੀ ਗਾਇਕਾ ਅਨਮੋਲ ਗਗਨਮਾਨ ਦੇ ਨਾਲ ਨਾਲ ਨਿਧੀ ਜੈਨ ਨੇ ਜੱਜ ਦੀ ਭੂਮਿਕਾ ਨਿਭਾਈ। ਪ੍ਰਬੰਧਕਾਂ ਨੇ ਦੱਸਿਆ ਕਿ ਕੁੜੀਆਂ ਅੰਦਰ ਛੁਪੀ ਹੋਈ ਕਲਾ ਨੂੰ ਜਗਜਾਹਰ ਕਰਨ ਦੇ ਮਕਸਦ ਨਾਲ ਅਜਿਹੇ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਪੰਜਾਬ ਦਾ ਨਾਮ ਆਉਂਦਾ ਤੇ ਉੱਥੇ ਹੀ ਸਾਡੀਆਂ ਮੁਟਿਆਰਾਂ ਦਾ ਨਾਮ ਆਉਂਦਾ ਹੈ। ਬਹੁਤ ਹੀ ਪ੍ਰਾਊਡ ਫੀਲ ਕਰ ਰਹੀ ਹਾਂ ਮੈਂ ਪੰਜਾਬ 'ਚ ਕਿ ਸਾਡੇ ਪੰਜਾਬ 'ਚ ਇੰਨੀ ਕਲਾ, ਇੰਨਾ ਵੱਡਾ ਰੁਤਬਾ ਜਿਹੜਾ ਕਿ ਮਿਸਿਸ ਪੰਜਾਬ ਨੂੰ ਦਿੱਤਾ ਜਾ ਰਿਹਾ, ਐਪਰੀਸ਼ੀਏਟ ਕਰਦੀ ਹਾਂ ਮੈਂ। ਹੈਟਸ ਆਫ, ਉੱਥੇ ਪੇਰੈਂਟਸ ਸਾਡਾ ਸਾਥ ਵੀ ਦੇ ਰਹੇ ਨੇ, ਉੱਥੇ ਕੁੜੀਆਂ ਬੋਲਡ ਵੀ ਹੋ ਰਹੀਆਂ ਨੇ, ਯਾਨੀ ਕਿ ਉਹਨਾਂ ਨੂੰ ਇੱਕ ਮੌਕਾ ਮਿਲ ਰਿਹਾ ਆਪਣਾ ਤਜਰਬਾ, ਦੈਨ ਕਹਿ ਸਕਦੇ ਹਾਂ ਆਪਾਂ ਕਿ ਹਰ ਗੱਲ ਸ਼ੇਅਰ ਕਰਨ ਦਾ ਮੌਕਾ ਮਿਲਦਾ। ਯਾਨੀ ਕਿ ਪਹਿਲਾਂ ਜੋ ਮੁਟਿਆਰਾਂ ਘਰ 'ਚੋਂ ਬਾਹਰ ਨਿਕਲਣ ਲੱਗੀਆਂ ਸੋਚਦੀਆਂ ਸੀਗੀਆਂ ਕਿ ਅਸੀਂ ਕਿੱਦਾਂ ਜਾਵਾਂਗੇ ਜਾਂ ਸਾਨੂੰ ਕੋਈ ਰਾਸਤਾ ਦਿਖਾਵੇ, ਪਰ ਅੱਜ ਕੱਲ੍ਹ ਮੈਨੂੰ ਲੱਗਦਾ ਪੇਰੈਂਟਸ ਉਹਨਾਂ ਦਾ ਸਾਥ ਜ਼ਿਆਦਾ ਦੇ ਰਹੇ ਨੇ। ਇੱਥੇ ਅਸੀਂ ਅੱਜ ਪਹੁੰਚੇ ਹੋਏ ਸੀਗੇ 9 to 9 ਐਂਟਰਟੇਨਮੈਂਟ ਵੱਲੋਂ ਜਿਹੜਾ ਮਿਸਿਸ ਪੰਜਾਬ ਕਰਵਾਇਆ ਜਾ ਰਿਹਾ, ਅਤੇ ਮੈਸੇਜ ਤਾਂ ਮੈਂ ਕੀ ਦੇਣਾ ਚਾਹੂੰਗੀ, ਮੈਂ ਤਾਂ ਦੰਗ ਰਹਿ ਗਈ ਜੀ ਇੱਥੇ ਜਿਹੜੀਆਂ ਕੁੜੀਆਂ ਵਿਆਹ ਹੋਏ ਹੋਏ ਆ ਅਤੇ ਇੰਨਾ ਟੇਲੈਂਟ ਉਹਨਾਂ ਦੇ ਵਿੱਚ, ਸੋ ਇੱਕ ਤੋਂ ਇੱਕ ਵੱਧ ਕੇ ਨੇ ਘਰ ਦੇ ਕੰਮ ਕਾਜਾਂ ਨੂੰ ਛੱਡ ਕੇ ਕਿੱਦਾਂ ਉਹਨਾਂ ਨੇ ਆਪਣਾ ਟੈਲੈਂਟ ਸ਼ੋਅ ਕਰ ਰਹੀਆਂ ਨੇ। ਸੋ ਆਪਾਂ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ ਉਹਨਾਂ ਨੂੰ ਵਧਾਈ ਦਿੰਦੇ ਹਾਂ, ਕਿਉਂਕਿ ਤੁਹਾਨੂੰ ਪਤਾ ਕਿ ਜਿਹੜੇ ਪੰਜਾਬ ਦੇ ਕੰਮਾਂ ਕਾਜਾਂ ਦੇ ਵਿੱਚ ਵਿਆਹ ਤੋਂ ਬਾਅਦ ਕੁੜੀ ਬਹੁਤ ਰੁੱਝ ਜਾਂਦੀ ਹੈ, ਅਤੇ ਇੱਥੇ ਉਹਨਾਂ ਨੂੰ ਮੌਕਾ ਮਿਲਿਆ ਕਿ ਆਪਣੇ ਬੱਚਿਆਂ ਤੋਂ, ਆਪਣੇ ਕੰਮਾਂ ਕਾਜਾਂ ਤੋਂ। ਮੈਂ ਦੇਖਿਆ ਕਿ ਬੱਚੇ ਬੜਾ ਉਹਨਾਂ ਨੂੰ ਆਏ ਆ, ਸੱਸ ਮਾਵਾਂ ਉਹਨਾਂ ਦੇ ਹਸਬੈਂਡ ਬੜੀ ਉੱਚੀ ਸੋਚ ਦੇ ਬੰਦੇ ਜਿਹੜੇ ਉਹਨਾਂ ਨੂੰ ਇੰਨਾ ਉਤਸ਼ਾਹਿਤ ਕਰ ਰਹੇ ਨੇ।